ਨਾਭਾ ਬਲਾਕ ਦੇ ਪਿੰਡ ਮਟੋੜਾ ਦੇ ਪਰਮਜੋਤ ਸਿੰਘ ਨਾਮ ਦੇ ਬੱਚੇ ਨੂੰ ਅਗਵਾ ਕਰਨ ਦੀ ਵੀਡੀਓ ਸਾਹਮਣੇ ਆਈ ਸੀ। ਇਸ ਨੂੰ ਲੈ ਕੇ ਪੁਲਿਸ ਨੇ ਚੌਂਕਸੀ ਵਰਤਦਿਆਂ ਤਫਤੀਸ਼ ਕੀਤੀ ਅਤੇ ਇਹ ਸਾਰਾ ਮਾਮਲਾ ਮਨ ਘੜਤ ਨਿਕਲਿਆ। ਪ੍ਰਭਜੋਤ ਦਾ ਪਿਤਾ ਅਤੇ ਉਸਦਾ ਦੋਸਤ ਇਕੱਠੇ ਠੇਕੇ 'ਤੇ ਸ਼ਰਾਬ ਪੀ ਰਹੇ ਸਨ, ਜਿੱਥੋਂ ਕਿ ਉਹਨਾਂ ਦੀ ਪ੍ਰਵਾਸੀ ਮਜ਼ਦੂਰ ਦੇ ਨਾਲ ਲੜਾਈ ਹੋ ਗਈ। ਲੜਾਈ ਦੌਰਾਨ ਪ੍ਰਵਾਸੀ ਮਜ਼ਦੂਰ ਦੇ ਸਿਰ 'ਤੇ ਸੱਟ ਵੱਜੀ, ਜਿੱਥੋਂ ਕਿ ਪ੍ਰਭਜੋਤ ਦੇ ਪਿਤਾ ਅਤੇ ਉਸਦੇ ਦੋਸਤ ਵੱਲੋਂ ਆਪਣੇ ਬੱਚੇ ਤੋਂ ਜਾਣਬੁੱਝ ਕੇ ਅਗਵਾ ਹੋਣ ਦੀ ਕਹਾਣੀ ਰਚਾਈ ਗਈ ਅਤੇ ਇਸ ਵੀਡੀਓ ਨੂੰ ਵਾਇਰਲ ਕੀਤਾ ਗਿਆ। ਪਾਲਸੋ ਪੁਲਿਸ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ, ਜਿਸ ਦੌਰਾਨ ਇਹ ਸਾਰਾ ਮਾਮਲਾ ਝੂਠਾ ਪਾਇਆ ਗਿਆ ਅਤੇ ਪੁਲਿਸ ਵੱਲੋਂ ਪ੍ਰਭਜੋਤ ਦੇ ਪਿਤਾ ਬਲਦੇਵ ਸਿੰਘ ਅਤੇ ਉਸਦੇ ਦੋਸਤ ਸਤਗੁਰ ਸਿੰਘ ਦੇ ਖਿਲਾਫ਼ ਧਾਰਾ 221, 182 ਝੂਠ ਦਾ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ। ਇਸ ਸੰਬੰਧੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਹ ਸਾਰਾ ਝੂਠ ਰਚਿਆ ਗਿਆ ਸੀ, ਕੋਈ ਬੱਚਾ ਸਾਡੇ ਪਿੰਡੋਂ ਅਗਵਾ ਨਹੀਂ ਕੀਤਾ ਗਿਆ। ਇਸ ਡਰ ਨੂੰ ਲੈ ਕੇ ਸਾਡੇ ਪਿੰਡ ਦੇ ਬੱਚੇ ਬਾਹਰ ਨਹੀਂ ਨਿਕਲੇ। ਇਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਜੋ ਕਿ ਲੋਕ ਇਹ ਝੂਠ ਬੋਲਦੇ ਨੇ। ਮਟੋੜਾ ਜੀ ਪਿੰਡ ਤੋਂ ਅਫਵਾਹ ਤਾਂ ਹੁਣ ਇਹ ਤਾਂ ਪੱਕਾ ਇੱਥੋਂ ਤਾਂ ਕਹਿੰਦੇ ਵੀ ਉਹ ਲੈ ਗਏ ਜੀ ਉਠਾ ਕੇ, ਲੇਕਿਨ ਉਹ ਬੰਦੇ ਇੱਥੇ ਹੀ ਰਹਿੰਦੇ ਨੇ, ਸੜਕ ਵਾਲੇ ਨੇ ਜੀ। ਉਹ ਰੋਜ਼ਾਨਾ ਇੱਥੇ ਦਾਰੂ ਪੀਂਦੇ ਸੀਗੇ, ਇਹ ਵੀ ਮੁੰਡੇ ਦਾਰੂ ਪੀਂਦੇ ਨੇ ਜੀ ਦੋਨੇ ਹੀ, ਕਿਤੇ ਆਪਸ 'ਚ ਲੜ ਲੁੜ ਪਏ ਹੋਣਗੇ ਪਰਸੋਂ, ਬਸ ਉਸੇ ਕਰਕੇ ਕੋਈ ਮਾੜਾ ਮੋਟਾ ਇਹਨਾਂ ਵਿੱਚ ਦਿਲ 'ਚ ਕੋਈ ਅੰਦਰੂਨੀ ਹੋ ਗਈ, ਬਸ ਉਹਨਾਂ ਦਾ ਨਾਮ ਲੈਤਾ। ਨਹੀਂ ਬੱਚਾ ਤਾਂ ਨਹੀਂ ਚੱਕਿਆ ਗਿਆ ਜੀ, ਨਹੀਂ ਜੀ ਝੂਠੀ ਹੋਈ ਜੀ, ਬਹੁਤ ਗਲਤ ਹੈ ਜੀ। ਇਹ ਤਾਂ ਇਹ ਝੂਠੀਆਂ ਬੱਚਿਆਂ ਦੇ ਅਸਰ ਪੈਂਦਾ ਇਹੋ ਜਿਹੀ ਗੱਲ ਨਾਲ, ਬਹੁਤ ਗਲਤ ਹੋਇਆ ਜੀ ਇਹ। ਨਹੀਂ ਸਰ ਇੱਦਾਂ ਨਹੀਂ ਜੀ, ਬੱਚਾ ਪਤਾ ਨਹੀਂ ਕਿਹੜੀ ਕਲਾਸ 'ਚ ਪੜ੍ਹਦਾ ਸੀ। ਹਾਂ ਜੀ ਉਰੇ ਪਿੰਡ ਦਾ ਮਟੋੜੇ ਦਾ ਜੀ ਜਗਤਾਰ ਸਿੰਘ, ਬੱਚਾ ਚੱਕਿਆ ਗਿਆ ਜੀ ਕੱਲ੍ਹ ਜੀ। ਨਾ ਜੀ ਝੂਠੀ ਹੈ ਜੀ, ਹਾਂਜੀ ਸ਼ਰਾਬ ਪੀਤੀ ਵੀ ਤੀ ਉਹਨਾਂ ਦੀ, ਉਹਨੂੰ ਕਹਿ ਰਹੇ ਸੀ ਉਹਨਾਂ ਦਾ। ਹਾਂ ਜੀ ਹਾਂ, ਹਾਂ ਜੀ ਹਾਂ, ਜ਼ਬਰਦਸਤੀ ਕਹਾਇਆ ਗਿਆ। ਝੂਠੀ ਖ਼ਬਰ ਤਾਂ ਲਾਉਣੀ ਨਹੀਂ ਚਾਹੀਦੀ ਜੀ, ਗਲਤ ਗੱਲ ਹੈ ਜੀ ਇਹ। ਹਾਂ ਜੀ ਹਾਂ ਜੀ ਗਲਤ ਕੀਤੀ ਹੈ ਜੀ ਇਹਨਾਂ ਨੇ। ਬਨਾਰਸੀ ਦਾਸ, ਦੇਖੋ ਜਿਹੜਾ ਮਾਮਲਾ ਹੋਇਆ ਸਾਨੂੰ ਲੱਗਿਆ ਪਤਾ ਵੀ ਇਹ ਝੂਠ ਬਣਾਇਆ ਗਿਆ, ਤਾਂ ਉਹ ਬੱਚੇ ਦੇ ਬਿਆਨਾਂ ਤੋਂ ਮੈਂ ਸਮਝਦਾ ਸੀਗਾ ਵੀ ਇਹ ਉਹਨੂੰ ਸਿਖਾ ਕੇ ਕਰਾਇਆ ਕਹਾਇਆ ਇਹਨਾਂ ਨੇ। ਤਾਂ ਕੱਲ੍ਹ ਦੇ ਆ ਨੈੱਟ 'ਤੇ ਚੜ੍ਹਦੀਆਂ ਗੱਲਾਂ ਝੂਠੀਆਂ, ਸਾਡਾ ਪਿੰਡ ਬਾਹਰਲੇ ਮੁਲਕਾਂ ਤੋਂ ਵੀ ਫੋਨ ਆਏ ਨੇ ਸਾਡੇ ਬੱਚਿਆਂ ਕੋਲ, ਅਤੇ ਬੱਚੇ ਸਾਡੇ ਕੱਲ੍ਹ ਦੇ ਨਹੀਂ ਨਿਕਲੇ ਬਾਹਰ ਜੀ। ਤਾਂ ਇਹ ਮਾੜੀ ਗੱਲ ਹੈ, ਗਲਤ ਅਫਵਾਹ ਕਰਨੀ, ਡਰਾਉਣੇ, ਧਮਕਾਉਣੇ, ਝੂਠੀਆਂ ਖ਼ਬਰਾਂ। ਮੰਗ ਤਾਂ ਇਹੀ ਹੈ ਵੀ ਮਤਲਬ ਕਿ ਇਹੋ ਜਿਹਾ ਨਾ ਥੋੜ੍ਹਾ ਜਿਹਾ ਤਾੜਨਾ ਤਾਂ ਹੋਣੀ ਚਾਹੀਦੀ ਹੈ ਨਾ, ਵੀ ਝੂਠੀ ਬਿਨਾਂ ਪੜਤਾਲ ਕਰੇ ਝੂਠੀਆਂ। ਹਾਂ ਬਿਲਕੁਲ ਕਾਰਵਾਈ ਦੀ ਮੰਗ ਕੰਮ ਕਰਦੇ, ਮੈਂ ਹੁਣ ਇਹਨੂੰ ਸਰਪੰਚ ਸਾਹਿਬ ਨੂੰ ਕਹਿ ਕੇ ਹਟਿਆ ਵੀ ਇਹਦੇ ਬਾਰੇ ਤੁਸੀਂ ਸਪੋਰਟ ਨਾ ਕਰੋ ਜੇ ਝੂਠੀ ਗੱਲ ਹੈ। ਇਸ ਸੰਬੰਧੀ ਪਰਮਜੋਤ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਸਾਡੀ ਲੜਾਈ ਜ਼ਰੂਰ ਪ੍ਰਵਾਸੀ ਮਜ਼ਦੂਰ ਨਾਲ ਹੋਈ ਸੀ, ਮੇਰੇ ਬੱਚੇ ਦੀ ਵੀਡੀਓ ਕਿਸੇ ਨੇ ਪਿੰਡ ਵਿੱਚੋਂ ਵਾਇਰਲ ਕੀਤੀ ਸੀ ਜੋ ਕਿ ਝੂਠੀ ਸੀ। ਕਿਸੇ ਨੇ ਆਰੋਪ ਨਹੀਂ ਲਾਇਆ ਜੀ, ਉੱਥੇ ਪੁਲਿਸ ਨੂੰ ਤਲਾਹ ਕਰਕੇ ਦਿੱਤੀ ਗਈ ਹੈ ਜੀ ਵੀ ਹਾਂ ਲੈ ਬੱਚੇ ਨੂੰ ਚੱਕਣਾ, ਸਾਡੇ ਮਤਲਬ ਲੜਾਈ ਹੋਈ ਹੈ ਜੀ। ਠੀਕ ਹੈ, ਕੋਈ ਉਹਨਾਂ ਨੇ ਮਤਲਬ ਉਹਨੇ ਚਾਕੂ ਮਾਰਨ ਵਾਸਤੇ ਜ਼ਰੂਰ ਕੱਢਿਆ ਭਈਏ ਨੇ ਜੀ, ਮੇਰੇ ਵੈਸੇ ਮੇਰਾ ਬੱਚੇ ਨੇ ਜ਼ਰੂਰ ਕਿਹਾ ਵੀ ਮਾਰ ਦੇਣਗੇ, ਐਂ ਕਰ ਦੇਣਗੇ, ਹੋਰ ਕੋਈ ਅੱਗੇ ਡਨੈਪੀ ਵਾਲਾ ਗਲਤ ਆਰੋਪ ਹੈ ਜੀ ਇਹ। ਇਹ ਵੀਡੀਓ ਜੀ ਪਿੰਡ ਦੇ ਬੰਦੇ ਨੇ ਪਾਈ ਹੈ ਜੀ ਕਿਸੇ ਨੇ, ਨਾ ਜੀ ਸਾਨੂੰ ਨਹੀਂ ਪਤਾ ਹੈਗਾ। ਸਾਡੇ ਹੁਣ ਪਤਾ ਲੱਗਦਾ ਆਵਾਜ਼ ਤੋਂ ਵੀ ਸਾਡੇ ਗਵਾਂਢ ਦੇ ਵਿੱਚ ਜਨਾਨੀਆਂ ਜੋ ਆਸ਼ਾ ਵਰਕਰ ਆ ਉਹਨੇ ਪਾਈ ਆ ਜੀ ਇਹ। ਨਹੀਂ ਜੀ ਨਾ ਜੀ, ਹੋ ਗਿਆ ਕਦੇ ਮਹੀਨੇ ਦੋ ਮਹੀਨੇ ਬਾਅਦ ਪੀ ਲਈ। ਹਾਂਜੀ
ਨਾ ਜੀ। ਗਲਤੀ ਮਹਿਸੂਸ ਕਰਦੇ ਹਾਂ ਜੀ। ਹਾਂ ਇਹ ਝੂਠ ਹੈ ਜੀ ਵੀ ਆਹ ਬੱਚਿਆਂ ਗੁੰਮਰਾਹ ਕਰਕੇ ਲੈ ਕੇ ਜਾ ਰਹੇ, ਸਾਨੂੰ ਨਹੀਂ ਪਤਾ ਵੀ ਇਹ ਸੜਕ ਵਾਲੇ 'ਤੇ ਜੀ, ਸਾਨੂੰ ਨਹੀਂ ਪਤਾ ਵੀ ਕੌਣ ਆ, ਸਾਡੀ ਠੇਕੇ 'ਤੇ ਲੜਾਈ ਜ਼ਰੂਰ ਹੋਈ ਹੈ ਜੀ। ਇਸ ਸੰਬੰਧੀ ਅਗਵਾ ਹੋਏ ਪ੍ਰਭਜੋਤ ਨੇ ਕਿਹਾ ਕਿ ਮੇਰੇ ਪਾਪਾ ਦੀ ਪ੍ਰਵਾਸੀ ਮਜ਼ਦੂਰ ਦੇ ਨਾਲ ਲੜਾਈ ਹੋ ਗਈ ਸੀ, ਜਦੋਂ ਮੈਂ ਉੱਥੇ ਪਹੁੰਚਿਆ ਤਾਂ ਡਰ ਗਿਆ, ਇਹ ਸਾਰੀ ਕਹਾਣੀ ਝੂਠੀ ਸੀ, ਮੈਨੂੰ ਕਿਸੇ ਨੇ ਕੋਈ ਅਗਵਾ ਨਹੀਂ ਕੀਤਾ। ਪ੍ਰਭਜੋਤ ਕਿਹੜੀ ਕਲਾਸ 'ਚ ਪੜ੍ਹਦੇ ਹੋ? 6ਵੀਂ। ਕਿਹੜੇ ਸਕੂਲ 'ਚ? ਸਰਕਾਰੀ ਮਿਡਲ ਸਕੂਲ ਮਟੋਲਡਾ। ਅੱਛਾ, ਕੱਲ੍ਹ ਕੀ ਹੋਇਆ ਸੀ? ਕੱਲ੍ਹ ਮੈਂ ਮੇਰੇ ਡੈਡੀ ਨੂੰ ਠੇਕੇ 'ਤੇ ਲੈਣ ਜਾਂਦਾ ਸੀ, ਉੱਥੇ ਸਤਿਗੁਰ ਧੀ ਭਈਆਂ ਨਾਲ ਲੜਾਈ ਚੱਲ ਰਹੀ ਸੀ, ਮੇਰਾ ਡੈਡੀ ਛਿਟਾ ਰਿਹਾ ਸੀ। ਅੱਛਾ, ਸਤਿਗੁਰ ਸਤਿਗੁਰ ਨੇ ਬਈਆਂ ਦੇ ਟ ਮਾਰੀ, ਉਹਨੇ ਕਿਹਾ ਮੈਨੂੰ, ਕਹਿੰਦਾ ਤੂੰ ਐਂ ਝੂਠ ਬੋਲਦੀ ਕਿ ਮੈਨੂੰ ਕਿਡਨੈਪ, ਤੈਨੂੰ ਕਿਡਨੈਪ ਕੀਤਾ। ਅੱਛਾ, ਵੀ ਬਈਆਂ ਨੇ ਕਿਡਨੈਪ ਕੀਤਾ? ਹਾਂ। ਫਿਰ ਤੁਸੀਂ ਫਿਰ ਕੀ ਕਿਹਾ? ਫਿਰ ਪਿੰਡ ਵਿੱਚ ਆ ਕੇ ਜਿਹੜੀ ਫਵਾੜ ਆਈ ਵੀ ਜੋ ਮੈਨੂੰ ਕਿਡਨੈਪ ਕਰ ਰਹੀ ਸੀ, ਇਹ ਵੀ ਮੈਨੂੰ ਸਤਿਗੁਰ ਨੇ ਕਿਹਾ ਸੀ ਵੀ ਪਿੰਡ ਵਿੱਚ ਜਾ ਕੇ ਰੌਲਾ ਪਾ ਦੇ। ਹਾਂ। ਅੱਛਾ, ਫਿਰ ਤੁਸੀਂ ਕਿਹਨੂੰ ਕਿਹਾ ਕਿ ਸਾਰਿਆਂ ਨੂੰ ਪਹਿਲਾਂ? ਮੈਂ ਸਭ ਨਾਲੋਂ ਪਹਿਲਾਂ ਮੇਰੇ ਡੈਡੀ ਨੂੰ ਕਿਹਾ। ਅੱਛਾ, ਫਿਰ? ਫਿਰ ਪਿੰਡ ਵਾਲਿਆਂ ਨੂੰ, ਬਹੁਤ ਸਾਰੇ ਪਿੰਡ ਵਾਲਿਆਂ ਨੂੰ ਪਤਾ ਚੱਲ ਗਿਆ। ਤੁਹਾਡੀ ਵੀਡੀਓ ਬਣਾਈ? ਫਿਰ ਵੀਡੀਓ ਬਣਾਈ ਸਾਡੇ ਗਵਾਂਢੀਆਂ ਨੇ। ਅੱਛਾ, ਫਿਰ ਉਹ ਜਿਹੜਾ ਹੈਗਾ ਫਿਰ ਅੱਗੇ ਗਰੁੱਪਾਂ 'ਚ ਪਾਤੀ ਸੋਸ਼ਲ ਮੀਡੀਆ 'ਤੇ? ਹਾਂਜੀ। ਫਿਰ ਇਹੋ ਜਿਹੀ ਕੋਈ ਗੱਲ ਨਹੀਂ ਸੀ ਵੀ ਤੁਹਾਨੂੰ ਜਿਵੇਂ ਤੁਹਾਨੂੰ ਸਿਖਾਇਆ ਗਿਆ ਤੁਸੀਂ ਉਵੇਂ ਰੌਲਾ ਪਾ ਦਿੱਤਾ? ਤੁਹਾਨੂੰ ਕਿਡਨੈਪ ਤਾਂ ਕੀਤਾ ਨਹੀਂ ਗਿਆ ਸੀਗਾ? ਨਹੀਂ। ਬਸ ਕਿਹੜੇ ਕਿੰਨੇ ਵਜੇ ਤੇ ਜਿਹੜੀ ਲੜਾਈ ਚੱਲ ਰਹੀ ਸੀ ਉੱਥੇ? ਲੜਾਈ ਚੱਲ ਰਹੀ ਸੀ 2-3 ਕੁ ਵਜੇ ਦੀ। ਅੱਛਾ, ਤੇਰੇ ਡੈਡੀ ਵਿੱਚ ਹੀ ਸੀ ਲੜਾਈ ਵਿੱਚ? ਡੈਡੀ ਨਹੀਂ ਸੀ, ਡੈਡੀ ਛਡਾ ਰਿਹਾ ਸੀ। ਅੱਛਾ, ਛਡਾ ਰਿਹਾ ਸੀ, ਠੀਕ। ਇਸ ਸੰਬੰਧੀ ਇੰਸਪੈਕਟਰ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਾਰੀ ਇਸ ਕਹਾਣੀ ਦੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਇਹ ਸਾਰੀ ਕਹਾਣੀ ਮਨਘੜਤ ਸੀ, ਇਸ ਨੂੰ ਲੈ ਕੇ ਅਸੀਂ ਅੱਜ ਪ੍ਰਭਜੋਤ ਦੇ ਪਿਤਾ ਬਲਦੇਵ ਸਿੰਘ ਅਤੇ ਉਸਦੇ ਸਾਥੀ ਸਤਿਗੁਰ ਦੇ ਖਿਲਾਫ ਝੂਠ ਦਾ ਮਾਮਲਾ ਦਰਜ ਕਰ ਲਿਆ। ਇਹਦੇ ਨਾਲ ਇਨਫੋਰਮੇਸ਼ਨ ਆਈ ਸੀਗੀ ਵੀ ਪਿੰਡ ਦੇ ਵਿੱਚ ਜਿਹੜੇ ਆ ਉਹ 2 ਪ੍ਰਵਾਸੀ ਮਜ਼ਦੂਰ ਨੇ, ਉਹਨਾਂ ਨੇ ਕਿਸੇ ਬੱਚੇ ਨੂੰ ਕਿਡਨੈਪਿੰਗ ਕਰਨ ਦੀ ਕੋਸ਼ਿਸ਼ ਕੀਤੀ ਆ, ਤਾਂ ਅਸੀਂ ਮੌਕੇ 'ਤੇ ਜਾ ਕੇ ਜਿਹੜੀ ਤਹਿਕੀਕਾਤ ਕੀਤੀ ਸੀ, ਤਹਿਕੀਕਾਤ ਕਰਨ ਤੋਂ ਇਹ ਗੱਲ ਸਾਹਮਣੇ ਆਈ ਜਿਹੜਾ ਬੱਚਾ ਸੀਗਾ ਉਹਦਾ ਫਾਦਰ ਅਤੇ ਇੱਕ ਉਹਦਾ ਦੋਸਤ ਸੀਗਾ ਸਤਿਗੁਰ ਸਿੰਘ, ਅਤੇ ਜਿਹੜੇ 2 ਪ੍ਰਵਾਸੀ ਮਜ਼ਦੂਰ ਨੇ ਉਹ ਉੱਥੇ ਹੀ ਲੇਬਰ ਦਾ ਕੰਮ ਕਰਦੇ ਨੇ ਪਿੰਡ ਦੇ ਵਿੱਚ ਜਿਹੜੀ ਰੋਡ ਬਣ ਰਹੀ ਆ। ਇਹ 4 ਜਣੇ ਬੈਠ ਕੇ ਪਿੰਡ ਮਟੋਰੜਾ ਦੇ ਜਿਹੜਾ ਠੇਕਾ ਹੈ 11 ਵਜੇ ਤੋਂ ਲੈ ਕੇ 2:30 ਵਜੇ ਤੱਕ ਉੱਥੇ ਜਿਹੜੀ ਇਹ ਸ਼ਰਾਬ ਪੀ ਰਹੇ ਸੀ। ਸ਼ਰਾਬ ਪੀਣ ਦੇ ਦੌਰਾਨ ਇਹਨਾਂ ਦਾ ਆਪਸ ਵਿੱਚ ਤਕਰਾਰਬਾਜ਼ੀ ਹੋ ਗਈ। ਤਕਰਾਰਬਾਜ਼ੀ ਹੋਣ ਦੇ ਦੌਰਾਨ ਜਿਹੜਾ ਪ੍ਰਵਾਸੀ ਮਜ਼ਦੂਰ ਦੀ ਉਹਦੇ ਸਿਰ ਦੇ ਵਿੱਚ ਸੱਟ ਲੱਗ ਗਈ ਸੀਗੀ। ਸੱਟ ਇੰਨੀ ਕੁ ਲੱਗ ਗਈ ਉੱਥੇ ਬਲੀਡਿੰਗ ਜ਼ਿਆਦਾ ਹੋ ਗਈ। ਉੱਥੇ ਮੌਕੇ 'ਤੇ ਜਿਹੜੀ ਇਹਨਾਂ ਦੀ ਲੜਾਈ ਦਾ ਸੁਣ ਕੇ ਜਿਹੜਾ ਬਲਵੀਰ ਸਿੰਘ ਦਾ ਬੱਚਾ ਸੀਗਾ ਪ੍ਰਭਜੋਤ ਸਿੰਘ 11 ਸਾਲ ਦਾ ਉੱਥੇ ਆ ਗਿਆ। ਉਹਨੂੰ ਸਤਿਗੁਰ ਸਿੰਘ ਨੇ ਇਹ ਗੱਲ ਤੋਂ ਬਚਣ ਲਈ ਵੀ ਕਿਤੇ ਪਰਚਾ ਨਾ ਦਰਜ ਹੋ ਜਾਵੇ ਸਾਡੇ ਖਿਲਾਫ਼ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੀ ਸੱਟ ਲੱਗ ਗਈ ਆ, ਉਹਨਾਂ ਨੇ ਉਹਨੂੰ ਸਮਝਾ ਭਜਾ ਕੇ ਜਿਹੜਾ ਇਹ ਗਲਤ ਬਿਆਨਬਾਜ਼ੀ ਕਰਾਤੀ ਵੀ ਮੈਨੂੰ ਕਿਡਨੈਪ ਕਰਨ ਲੱਗੇ ਸੀਗੇ। ਉਹ ਜਿਹੜੀ ਵੀਡੀਓ ਉੱਥੇ ਪਿੰਡ 'ਚ ਆਪ ਸੋਸ਼ਲ ਮੀਡੀਆ 'ਤੇ ਕਰਤੀ ਸੀਗੀ ਅਤੇ ਉਹ ਜਿਹੜੀ ਆ ਸਾਰੀ ਝੂਠੀ ਹੋਣੀ ਪਾਈ ਗਈ ਆ। ਅਸੀਂ ਉੱਥੇ ਜਾ ਕੇ ਪਿੰਡ ਵਿੱਚ ਸਾਰੇ ਜਿਹੜੇ ਠੇਕੇ ਦੇ ਕਰਿੰਦੇ ਅਤੇ ਹੋਰ ਉੱਥੋਂ ਲੰਘਣ ਵਾਲੇ ਰਾਹਗੀਰ ਨੇ ਉਹਨਾਂ ਸਾਰਿਆਂ ਤੋਂ ਪੜਤਾਲ ਕੀਤੀ। ਪੜਤਾਲ ਤੋਂ ਇਹੀ ਗੱਲ ਸਾਹਮਣੇ ਆਈ ਸੀ ਵੀ ਜਿਹੜੀ ਉੱਥੇ ਕੁੱਟਮਾਰ ਹੋਈ ਸੀਗੀ ਕੋਈ ਬੱਚੇ ਨੂੰ ਕਿਡਨੈਪਿੰਗ ਕਰਨ ਦੀ ਗੱਲ ਨਹੀਂ ਆਈ। ਕੀ ਮਾਮਲਾ ਦਰਜ ਕੀਤਾ ਗਿਆ ਬੱਚੇ ਦੇ ਪਰਿਵਾਰ ਦੇ ਖਿਲਾਫ਼ ਜਿਨ੍ਹਾਂ ਵੱਲੋਂ ਮਨਘੜਤ ਕਹਾਣੀ ਬਣਾਈ ਗਈ? ਹਾਂਜੀ, ਅਸੀਂ ਫਿਰ ਉਹਨਾਂ ਦੇ 'ਤੇ ਜਿਹੜੀ ਆ ਤਹਿਕੀਕਾਤ ਕਰਨ ਤੋਂ ਬਾਅਦ ਵੀ ਇਹਨਾਂ ਨੇ ਪੁਲਿਸ ਨੂੰ ਜਿਹੜਾ ਹੈ ਝੂਠੀ ਇਤਲਾਹ ਦਿੱਤੀ ਆ, ਉਹਨਾਂ ਦੇ ਖਿਲਾਫ਼ ਝੂਠੀ ਇਤਲਾਹ ਦੇਣ ਦਾ ਮੁਕੱਦਮਾ ਦਰਜ ਕੀਤਾ। ਜਿਹੜੇ ਉਹਨਾਂ ਨੇ ਪ੍ਰਵਾਸੀ ਮਜ਼ਦੂਰ ਦੇ ਸੱਟ ਮਾਰੀ ਸੀ ਉਹਦੇ ਰਿਗਾਰਡਿੰਗ ਵੀ ਉਹਨਾਂ ਦੇ ਖਿਲਾਫ਼ ਅਸੀਂ ਜਿਹੜੀ ਰੋਕੂ ਕਾਰਵਾਈ ਕੀਤੀ ਆ। ਅਤੇ ਸਾਡੀ ਇਸ ਦੇ ਤੁਹਾਡੇ ਮੀਡੀਆ ਦੇ ਜ਼ਰੀਏ ਆਮ ਲੋਕਾਂ ਨੂੰ ਇੱਕ ਬੇਨਤੀ ਹੈ ਵੀ ਜਿਹੜੀ ਇਹੋ ਜਿਹੀਆਂ ਵੀਡੀਓ ਨੇ ਉਹ ਨਾ ਵਾਇਰਲ ਕੀਤੀਆਂ ਜਾਣ ਤਾਂ ਕਿ ਜਿਹੜੀ ਆਮ ਲੋਕਾਂ ਦੀ ਸ਼ਾਂਤੀ ਆ ਉਹ ਭੰਗ ਨਾ ਹੋਵੇ।
ਹਮੇਸ਼ਾ ਹੀ ਜਿਹੜੀ ਵੀਡੀਓ ਕੋਈ ਵਾਇਰਲ ਕਰਨੀ ਉਹ ਪੂਰੀ ਤਹਿਕੀਕਾਤ ਕਰਕੇ ਕੀਤੀ। ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।